ਉਹ ਉਸ ਰੋਡ ਤੋਂ ਸਪਲੈਂਡਰ ਮੋਟਰਸਾਈਕਲ 'ਤੇ ਗਏ ਆ ਵਿਚਾਲੇ ਬੱਚਾ ਬਿਠਾ ਕੇ ਪੂਰੀ ਤੇਜ਼ ਰਫਤਾਰ ਨਾਲ ਕਿ ਬੱਚਾ ਚੱਕਿਆ ਗਿਆ ਕਿਸੇ ਘਰ ਦਾ। ਪਟਿਆਲਾ ਦੇ ਪਿੰਡ ਖੇੜੀ ਗੰਡਿਆ ਤੋਂ ਦੋ ਬੱਚੇ ਅਗਵਾ ਕੀਤੇ ਗਏ ਤਾਂ ਪੂਰੇ ਪੰਜਾਬ ਵਿੱਚ ਅਫਵਾਹਾਂ ਦਾ ਮਾਹੌਲ ਗਰਮ ਹੋ ਗਿਆ। ਬੀਤੇ ਦਿਨੀ ਨਾਭਾ ਦੇ ਇੱਕ ਪਿੰਡ ਵਿੱਚ ਵੀ ਬੱਚੇ ਨੂੰ ਚੁੱਕੇ ਜਾਣ ਦੀ ਅਫਵਾਹ ਫੈਲਾਈ ਗਈ ਸੀ, ਪਰ ਬਾਅਦ ਵਿੱਚ ਮਾਮਲਾ ਕੁਝ ਹੋਰ ਹੀ ਨਿਕਲਿਆ। ਅਜਿਹੇ 'ਚ ਹੁਣ ਗਿੱਦੜਵਾਹਾ ਵਿੱਚ ਵੀ ਕੁਝ ਦੁਕਾਨਦਾਰਾਂ ਵੱਲੋਂ ਦੋ ਸਾਧੂਆਂ ਨੂੰ ਮੋਟਰਸਾਈਕਲ 'ਤੇ ਬੱਚਾ ਚੁੱਕ ਕੇ ਲਿਜਾਣ ਦੀ ਗੱਲ ਆਖੀ ਜਾ ਰਹੀ ਹੈ। ਮਾਮਲਾ ਗਿੱਦੜਵਾਹਾ ਦੇ ਸਟੇਟ ਬੈਂਕ ਆਫ ਇੰਡੀਆ ਦੇ ਕੋਲ ਬਣੀਆਂ ਦੁਕਾਨਾਂ 'ਚ ਵਾਪਰਿਆ, ਜਿੱਥੇ ਦੋ ਤਿੰਨ ਸਾਧੂ ਕਾਲੇ ਕੱਪੜੇ ਪਾਈ ਲੋਕਾਂ ਤੋਂ ਮੰਗਦੇ ਫਿਰ ਰਹੇ ਸੀ। ਪਰ ਅਚਾਨਕ ਹੀ ਇਹ ਖਬਰ ਫੈਲ ਗਈ ਕਿ ਦੋ ਸਾਧੂ ਮੋਟਰਸਾਈਕਲ ਉੱਤੇ ਬੱਚੇ ਨੂੰ ਚੁੱਕ ਕੇ ਕਾਫੀ ਤੇਜ਼ੀ ਨਾਲ ਜਾ ਰਹੇ ਨੇ, ਜਿਸ ਤੋਂ ਬਾਅਦ ਹਰ ਮੋਬਾਈਲ 'ਤੇ ਇਹ ਮੈਸੇਜ ਆਉਣ ਲੱਗਾ ਕਿ ਸਟੇਟ ਬੈਂਕ ਆਫ ਇੰਡੀਆ ਕੋਲੋਂ ਸਾਧੂ ਦੇ ਭੇਸ ਵਿੱਚ ਆਏ ਦੋ ਬੰਦਿਆਂ ਨੇ ਇੱਕ ਬੱਚੇ ਨੂੰ ਅਗਵਾ ਕਰ ਲਿਆ। ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ 'ਤੇ ਹੀ ਗਿੱਦੜਵਾਹਾ ਪੁਲਿਸ ਪਹੁੰਚ ਗਈ ਅਤੇ ਆਪਣੀ ਤਫਤੀਸ਼ ਜਾਰੀ ਕਰ ਦਿੱਤੀ। ਦੁਕਾਨਦਾਰਾਂ ਮੁਤਾਬਕ ਉਹਨਾਂ ਨੇ ਤਾਂ ਸਾਧੂਆਂ ਨੂੰ ਬੱਚੇ ਨੂੰ ਚੁੱਕ ਕੇ ਲਿਜਾਂਦਾ ਨਹੀਂ ਦੇਖਿਆ, ਪਰ ਨਾਲ ਹੀ ਬਣੇ ਇੱਕ ਹਸਪਤਾਲ ਦੀ ਡਾਕਟਰ ਨੇ ਜ਼ਰੂਰ ਇੱਕ ਬੱਚੇ ਨੂੰ ਚੁੱਕ ਕੇ ਲਿਜਾਂਦਾ ਦੇਖਿਆ। ਇਹ ਕੌਣ ਸੀ, ਕਿਹੜੇ ਲੜਕੀ, ਕਿਹਨੂੰ ਲੈ ਕੇ ਗਏ? ਕੋਈ ਸਾਧ ਸੀ, ਦੋ ਜਾਣੇ, ਉਹ ਨਾਲ ਵਾਲੇ ਡਾਕਟਰ ਸਤਪੁਰ ਸਿੰਘ ਦੀ ਦੁਕਾਨ ਅਤੇ ਚੰਦਾ ਕਥਨ ਆ ਕਰਨ ਆਉਂਦੇ ਜਿਹੜੇ, ਫਿਰ ਮੇਰੀ ਦੁਕਾਨ 'ਤੇ ਆਏ ਹੈ। ਮੈਨੂੰ ਕਹਿੰਦੇ ਕਿ ਸਾਧਾਂ ਨੂੰ ਭੋਜਨ ਕਰਾ ਦਿਓ। ਮੈਨੇ ਇੱਕ ਰੁਪਇਆ ਉਹਨਾਂ ਨੂੰ ਪਾਤਾ ਕਿ ਬਾਬਾ ਇੰਨੇ ਬਹੁਤ ਹੈ। ਫਿਰ ਉਹ ਮੇਰੀ ਦੁਕਾਨ ਤੋਂ ਨਿਕਲ ਕੇ ਸਾਹਮਣੇ ਆਰ ਐਸ ਸਮਾਜ ਮੰਦਰ 'ਚ ਗਏ ਇੱਕ ਸਾਧ, ਇੱਕ ਗਿਆ ਅਰਕੇ ਟੋਸਟਾਂ ਵਾਲੇ ਦੇ ਜੀ। ਫਿਰ ਮੈਂ ਮੇਰੀ ਮਿਸਤਰੀ ਦੁਕਾਨ 'ਤੇ ਬੈਠੇ ਉਹਨੂੰ ਬਿਠਾ ਕੇ ਮੈਂ ਸਟੇਟ ਬੈਂਕ ਆਫ ਇੰਡੀਆ ਦੇ ਏ ਟੀ ਐਮ 'ਚ ਗਿਆ ਪੈਸੇ ਕਢਵਾਉਣ। ਜਦੋਂ ਮੈਂ ਵਾਪਸ ਆਇਆ ਆ ਡਾਕਟਰ ਸਾਹਿਬ ਦੇ ਮੈਡਮ ਲੱਗੇ ਮੁਲਾਜ਼ਮ, ਉਹਨਾਂ ਨੇ ਮੈਨੂੰ ਬਾਹਰ ਨਿਕਲ ਕੇ ਕਿਹਾ ਵੀਰੇ ਜਿਹੜੇ ਦੋ ਸਾਧ ਆਪਣੇ ਕੋਲ ਪੈਸੇ ਮੰਗਣ ਆਏ ਸੀ ਉਹ ਉਸ ਰੋਡ ਤੋਂ ਸਪਲੈਂਡਰ ਮੋਟਰਸਾਈਕਲ 'ਤੇ ਗਏ ਵਿਚਾਲੇ ਬੱਚਾ ਬਿਠਾ ਕੇ ਪੂਰੀ ਤੇਜ਼ ਰਫਤਾਰ ਨਾਲ ਕਿ ਬੱਚਾ ਚੱਕਿਆ ਗਿਆ ਕਿਸੇ ਘਰ ਦਾ। ਪਤਾ ਲੱਗਿਆ ਵੀ ਕਿੰਨਾ ਦਾ ਬੱਚਾ ਸੀ? ਸਰ ਮੈਨੇ ਨਹੀਂ ਦੇਖਿਆ, ਮੈਡਮ ਨੇ ਦੇਖਿਆ। ਦੂਰੋਂ ਬੱਚਾ ਲਿਜਾਂਦੇ ਦੇਖਿਆ, ਮੈਡਮ ਨੂੰ ਮੈਂ ਪੁੱਛਿਆ ਕਿੰਨੀ ਕੁ ਉਮਰ ਦਾ ਹੈ। ਮੈਡਮ ਜਜਮੈਂਟ ਇੰਨਾ ਕੁ ਹਾਈਟ ਦੱਸ ਰਿਹਾ ਬੱਚੇ ਦੀ। ਫਿਰ ਮੈਨੇ ਥਾਣੇ ਵੀ ਫੋਨ ਕੀਤਾ, ਥਾਣੇ ਵਾਲੇ ਆਏ ਅਤੇ ਉਹਨਾਂ ਦੋ ਵਾਰੀ ਬੈਕ ਕੌਲ ਆਈ ਹੈ। ਲਾਸਟ ਟਾਈਮ ਜਿਹੜੀ ਮੇਰੇ ਕੋਲ ਬੈਕ ਕੌਲ ਆਈ ਉਦੋਂ ਉਹਨਾਂ ਨੇ ਪੁੱਛਿਆ ਕਿ ਲੜਕਾ ਹੈ ਜਾਂ ਲੜਕੀ। ਮੈਂ ਸਰ ਇੱਦਾਂ ਕੁਛ ਨਹੀਂ ਪਤਾ, ਇਹਨਾਂ ਨੇ ਰੌਲਾ ਵਗੈਰਾ ਨਹੀਂ ਪਾਇਆ ਗਾ। ਮੈਂ ਜੋ ਮੈਂ ਆਇਆ ਉਦੋਂ ਦਾ ਮੇਰੇ ਹਿਸਾਬ 'ਚ ਮਿੰਟ ਤਿੰਨ ਚਾਰ ਹੋ ਚੁੱਕੇ ਸੀ ਲੈ ਕੇ ਗਏ। ਕੀ ਲੱਗਦਾ ਵੀ ਬੱਚਾ ਕਿੰਨਾ ਕਰਕੇ ਲੈ ਕੇ ਗਿਆ, ਤੁਹਾਨੂੰ ਕੀ ਲੱਗਦਾ ਸਰ ਇਹਦੇ ਬਾਰੇ? ਇੱਕ ਤੇ ਬਲੈਕ ਕਲਰ ਦੇ ਪਾਏ ਸੀ ਅਤੇ ਉੱਪਰ ਜਿਵੇਂ ਆਮ ਸਰਦਾਰ ਜਿਹੜੇ ਹੈ ਸਿੱਖ ਕੌਮ ਵਾਲੇ ਪੱਗ ਬੰਨੀ ਹੁੰਦੀ ਆ, ਉਵੇਂ ਪੱਗ ਨਹੀਂ ਸੀ, ਉਹਨੇ ਗੋਲ ਵਾਲਾ ਸੀ ਚੱਕਰ ਜਿਹੜਾ ਬਣਿਆ ਹੋਇਆ। ਆਈਡੀਆ ਜਜਮੈਂਟ 43-44 ਸਾਲ ਦੇ ਕਰੀਬ ਹੋਏਗੀ। ਉਹੀ ਸਾਧ ਕੱਲ੍ਹ ਵੀ ਆਏ ਸੀ ਮੈਡਮ ਕਹਿੰਦੇ ਪੈਸੇ ਮੰਗਣ। ਕੋਈ ਸੀ ਸੀ ਫੁਟੇਜ ਵਗੈਰਾ ਨਹੀਂ ਲੱਗੇ ਤੁਹਾਡੇ ਇੱਥੇ? ਨਹੀਂ, ਮੈਂ ਵੀ ਸ਼ਾਇਦ ਜਿਹੜੇ ਪਟਿਆਲਾ ਵਾਲੇ ਡਾਕਟਰ ਆ ਇਹਨਾਂ ਦੇ ਮੰਗਣ ਗਏ ਹੁਣ ਇਹਨਾਂ 'ਤੇ ਲੱਗੇ ਆ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਕੇ ਸੀ ਸੀ ਟੀ ਵੀ ਫੁਟੇਜ ਚੈੱਕ ਕਰਨ 'ਚ ਲੱਗੀ ਹੈ, ਪਰ ਘਟਨਾ ਦੇ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਕਿਸੇ ਨੇ ਗਿੱਦੜਵਾਹਾ ਥਾਣੇ 'ਚ ਆਪਣਾ ਬੱਚਾ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਰੌਲਾ ਰੱਪਾ ਹੀ ਪਿਆ। ਹੁਣ ਦੇਖਣਾ ਹੀ ਹੈ ਕਿ ਇਸ ਅਫਵਾਹ ਵਿੱਚੋਂ ਆਖਿਰ ਨਿਕਲ ਕੇ ਸਾਹਮਣੇ ਕੀ ਆਉਂਦਾ, ਪਰ ਇੰਨਾ ਜ਼ਰੂਰ ਹੈ ਕਿ ਇਸ ਖਬਰ ਤੋਂ ਬਾਅਦ ਗਿੱਦੜਵਾਹਾ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਗਿੱਦੜਵਾਹਾ ਤੋਂ ਸੋਨੀ ਢੱਲਾ, ਪੰਜਾਬੀ ਲੋਕ ਚੈਨਲ।